ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਤੁਸੀਂ ਵੇਖ ਰਹੇ ਹੋ ਪੰਜਾਬ ਨਾਮਾ ਲਾਈਵ ਤਦੋਂ ਇੱਕ ਪੰਥ ਹਮੇਸ਼ਾ ਵੱਡਾ ਅਲਾਮਬਾ ਦਿੰਦਾ ਕਿ ਜੇ ਅੱਜ ਗੁਰਬਾਣੀ ਦਾ ਵਪਾਰੀਕਰਨ ਹੋ ਗਿਆ ਲਾਈਵ ਦਾ ਉਹਦੇ ਵਿੱਚ ਜ਼ਿੰਮੇਵਾਰੀ ਤੁਹਾਡੇ ਤੇ ਚਲੀ ਜਾਂਦੀ ਹੈ ਕਿਉਂਕਿ ਜਿਹੜੇ ਪੀਟੀਸੀ ਨੂੰ ਜਾਂ ਈਟੀਸੀ ਨੂੰ ਜਾਂ ਉਸ ਤੋਂ ਪਹਿਲਾਂ ਕਿਸੇ ਨਾ ਪੰਜਾਬੀ ਵਰਡ ਰਕੇਸ਼ ਮੋhtਿਆਨੀ ਦਾ ਤੇ ਉਸ ਵੇਲੇ ਤੁਸੀਂ ਰਾਈਟਸ ਦਿੱਤੇ ਨੇ ਇਹਨਾਂ ਨੂੰ ਜਿਹੜੇ ਪੀਟੀਸੀ ਦੇ ਉਸ ਵੇਲੇ ਪ੍ਰੈਜ਼ੀਡੈਂਟ ਸੀਗੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਇੱਕ ਇੱਕ ਚੀਜ਼ ਮੈਂ ਬਿਲਕੁਲ ਸਚਾਈ ਦੱਸਾਂਗੀ 1999 ਵਿੱਚ ਮੈਨੂੰ ਅ ਬਿਲਕੁਲ ਪਤਾ ਨਹੀਂ ਸੀ ਕਿ ਮੈਂ ਉੱਥੇ ਪ੍ਰਧਾਨ ਬਣਾਂਗੀ ਸਵੇਰੇ ਰਾਤ ਨੂੰ 11:30 ਵਜੇ ਦੇ ਕਰੀਬ ਮੈਨੂੰ ਬਾਦਲ ਸਾਹਿਬ ਦਾ ਫੋਨ ਜਾਂਦਾ ਚੰਡੀਗੜ੍ਹ ਮੈਂ ਮਨਿਸਟਰ ਦੀ ਕੋਠੀ 'ਚ ਸੀ ਕਿਉਂਕਿ ਮੈਂ 1 ਵਜੇ ਪਹੁੰਚਣਾ ਸੀ ਤੇ ਜੋਂ 'ਚ ਮੈਨੂੰ ਫੋਨ ਜਾਂਦਾ ਕਿ ਬੀਬੀ ਜੀ ਤੁਸੀਂ ਸਵੇਰੇ ਤੜਕੇ 7 ਵਜੇ ਪਹੁੰਚੋ ਪਹੁੰਚ ਗਈ ਚਲੋ ਇਹਨਾਂ ਨੇ ਕਹਿ ਤੌਨ ਪ੍ਰਧਾਨ ਬਣਾਉਣਾ ਮੈਂ ਨੂੰ ਕਹਿ ਕਿ ਮੈਂ ਥੋੜਾ ਮੈਂ ਸੱਚੀ ਕਹਿ ਲ ਮੈਂ ਭਾਵਕ ਹੋ ਗਈ ਤੇ ਮੈਂ ਰੋ ਪਈ ਮੈਂ ਕਿ ਮੈਂ ਇੱਡੇ ਵੱਡੇ ਸਥਾਨ ਦੀ ਸੇਵਾ ਸੰਭਣੀ ਮੇਰੇ ਲਈ ਔਖੀ ਹੈ ਬਸ ਇਹਨਾਂ ਨੇ ਜਿਹੜੇ ਸ਼ਬਦ ਸੀ ਵੱਡੇ ਬਾਦਲ ਸਾਹਿਬ ਦੇ ਜਿਹੜੀ ਸਚਾਈ ਹੈ ਉਹਦੇ ਤੇ ਸੁਖਵੀਰ ਸਿੰਘ ਬਾਦਲ ਨਹੀਂ ਸੀ ਉਹ ਇਹ ਹੋਂਦ ਵਿੱਚ ਨਹੀਂ ਸੀਗੇ ਉਹਨਾਂ ਨੇ ਮੈਨੂੰ ਕਿਹਾ ਬੀਬੀ ਜੀ 170 ਮੈਂਬਰਾਂ ਚ ਅਸੀਂ ਲਗਾਤਾਰ ਝਾਤ ਮਾਰ ਰਹੇ ਹਾਂ ਪੂਰਾ ਅਸੀਂ ਕਰ ਲਿਆ ਸਟੱਡੀ ਕਰ ਲਈ ਹੈ ਸਾਨੂੰ ਤੇਰੇ ਵਿੱਚੋਂ ਨਿਕਲਿਆ ਕਿ ਤੂੰ ਧਾਰਮਿਕ ਤੌਰ ਦੇ ਉੱਤੇ ਸਾਂਭ ਸਕਦੀ ਹੈ ਕਿਉਂਕਿ ਤੁਸੀਂ ਇੱਕ ਧਾਰਮਿਕ ਸਥਾਨ ਦੀ ਸੇਵਾ ਵੀ ਕਰਦੇ ਹੋ ਤੁਹਾਨੂੰ ਐਡਮਿਨਿਸਟ੍ਰੇਸ਼ਨ ਦਾ ਵੀ ਤਜਰਬਾ ਹੋ ਗਿਆ 1.5 ਸਾਲ ਦੀ ਮਿਨਿਸਟਰ ਵੀ ਹੈ ਤੁਸੀਂ ਸਰਕਾਰੀ ਸਕੂਲ 'ਚ ਵੀ ਰਹੀ ਹੈ ਤੇ ਕੋ ਤਜਰਬਾ ਹੋ ਗਿਆ ਦੂਜੀ ਗੱਲ ਹੈ ਕਿ ਅਸੀਂ ਤੇਰੇ ਤੈਨੂੰ ਬੋਲਣ ਦਾ ਧਾਰਮਿਕ ਤੌਰ ਤੇ ਪ੍ਰਚਾਰਕਮ ਦਾ ਤਜਰਬਾ ਇਤਿਹਾਸ ਤੇ ਵੀ ਪਕੜ ਹੈ ਤੇ ਬਾਣੀ ਤੇ ਵੀ ਪਕੜ ਤੇ ਟੋੜਾ ਸਾਹਿਬ ਨੂੰ ਲਾਣਾ ਤੇ ਫਿਰ ਪ੍ਰਧਾਨ ਬਣਾਉਣਾ ਉਹ ਉਹੀ ਬਣ ਸਕਦਾ ਜਿਹੜਾ ਉਹਦੇ ਮੁਕਾਬਲੇ ਤੇ ਬੋਲ ਸਕੇ ਜਿਹੜੀ ਸਚਾਈ ਉਹਨਾਂ ਨੇ ਮੈਨੂੰ ਕਹੀ ਮੈਂ ਕਿਹਾ ਬਾਦ ਸਾਹਿਬ ਜੇ ਤੁਸੀਂ ਹੁਕਮ ਕਰ ਦਿਓ ਤੇ ਮੈਂ ਮੰਨ ਜਾਨੀ ਆ ਮੈਨੂੰ ਕੋਈ ਤਕਲੀਫ ਨਹੀਂ ਪਰ ਮੈਨੂੰ ਐਡੀ ਵੱਡੀ ਜਗ੍ਹਾ ਤੇ ਪਹਿਲੀ ਵਾਰੀ ਮੈਂ ਮੈਂਬਰ ਬਣੀ ਆ ਮੈਨੂੰ ਨੌਲੇਜ ਹੀ ਨਹੀਂ ਪਤਾ ਮੈਨੂੰ ਗਿਆਨ ਇਹਦੀ ਸੰਸਥਾ ਦੀ ਐਡਮਿਨਿਸਟ੍ਰੇਸ਼ਨ ਦਾ ਨਹੀਂ ਹੈਗਾ ਕਹਿੰਦੇ ਕੋਈ ਗੱਲ ਨਹੀਂ ਮੈਂ ਕਿਹਾ ਸਾਰੀ ਭਰਤੀ ਟੋੜਾ ਸਾਹਿਬ ਦੀ ਸਾਰੇ ਮੈਂਬਰ ਟੋੜਾ ਸਾਹਿਬ ਵਾਲੇ ਸਮਝ ਲਓ ਮੈਂ ਕਿਦਾਂ ਟੈਕਲ ਕਰਾਂਗੀ ਕਹਿੰਦੇ ਕੋਈ ਗੱਲ ਨਹੀਂ ਮੈਂ ਵੀ ਤੇਰੇ ਨਾਲ ਐ ਸਰਕਾਰ ਚ ਜੇ ਕੰਮ ਕਰਾਂਗੇ ਉਹਨਾਂ ਸੜੀਆਂ ਮੇੜਾ ਜਿਹੜਾ ਬਣਾਉਣਾ ਸੀਗਾ 300 ਸਾਲਾਂ ਲ ਮੈਂ ਉਹਦੇ ਵਿੱਚ ਹੀ ਲਗਾਤਾਰ ਚੱਲ ਪਈ ਅੱਛਾ ਉਦੋਂ ਜਿਹੜਾ ਸੀਗਾ ਇਹਨਾਂ ਨੇ ਉਹ ਲਾਈਵ ਚ ਲਾਇਆ ਸਮਾਗਮ 3 ਦਿਨ ਲਗਾਤਾਰ ਉਤੋਂ ਬਾਅਦ ਸੰਗਤ ਦੀ ਮੰਗ ਆਈ ਕਿ ਇਹ ਕੀਰਤਨ ਜਿਹੜਾ ਲਗਾਤਾਰ ਚੱਲਣਾ ਚਾਹੀਦਾ ਠੀਕ ਹੈ ਮੈਂ ਇਹਨੂੰ ਕਿਹਾ ਵੀ 19 ਦਿਨ ਚੱਲਣ ਦੋ ਦਿਲਚਸਪੀ ਉਹ ਫੈਸਲਾ ਨਹੀਂ ਕਰਦੇ ਮੈਂ ਐਡ ਦਿੱਤੀ ਔਰ ਇੱਕ ਇੰਗਲੈਂਡ ਤੋਂ ਪਹਿਲਾਂ ਆਏ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਇੱਥੇ ਚਲਾ ਦੰਨੇ ਇੰਗਲੈਂਡ ਤੋਂ ਅਸੀਂ ਮੈਨੂੰ ਨਾਮ ਭੁੱਲ ਗਿਆ ਉਹਨਾਂ ਨੇ ਬਕਾਇਦਾ ਅਸੀਂ ਸਾਰੀਆਂ ਸ਼ਰਤਾਂ ਰੱਖੀਆਂ ਔਰ ਇੱਕ ਮੈਂ ਟੀਮ ਬਣਾਈ ਸੀ ਜਿਨ੍ਹਾਂ ਨੇ ਸ਼ਰਤਾਂ ਉਹਨੂੰ ਤੈਅ ਕੀਤੀਆਂ ਵੀ ਇਸ ਤਰ੍ਹਾਂ ਹੋਏਗੀ ਇਸ ਤਰ੍ਹਾਂ ਹੋਏਗੀ ਚਲੋ ਉਹ ਸ਼ਰਤਾਂ ਪਰ ਇਹ ਵਧੀਆ ਸੀ ਉਹਨਾਂ ਨੇ ਕਿਹਾ ਜੀ ਮੈਂ ਕਿਹਾ ਦੇਖੋ ਜੀ ਗੱਲ ਇਹ ਹੈ ਕਿ ਅਸੀਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਣਾ ਇੱਕ ਕਲ ਕਰਿਓ ਕਿ ਸਾਡੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਇੱਕ ਕੀਰਤਨ ਨੂੰ ਦੁਨੀਆਂ ਨੇ ਸੁਣਨਾ ਤੁਹਾਡਾ ਵੀ ਟੀਆਰਪੀ ਵਧਣਾ ਤੁਹਾਡੀ ਕੀਮਤ ਇੱਥੇ ਪੈਸਾ ਕਮਾਉਣਾ ਤੁਸੀਂ ਉਸ ਪੈਸੇ ਚੋਂ ਸਾਨੂੰ ਐਜੂਕੇਸ਼ਨ ਨੂੰ ਸਾਡੀ ਨੂੰ ਪ੍ਰੋਮੋਟ ਕਰੋ ਸਚਾਈ ਜਿਹੜੀ ਸੀ ਉਹਨਾਂ ਨੇ 1.5 ਕਰੋੜ ਸ਼ਾਇਦ 2 ਕਰੋੜ ਰੁਪਈਆ ਉਹਦੋਂ ਕੀਤਾ ਕਿ ਸਾਲ ਦਾ ਸੀ ਦੇਵਾਂਗੇ ਲਿਖਿਆ ਗਿਆ ਉਸ ਤੋਂ ਬਾਅਦ ਈਟੀਸੀ ਵਾਲੇ ਜਿਹੜੇ ਸੀ ਉਹ ਸਾਡੇ ਕੋਲ ਆਏ ਉਹਨਾਂ ਨੇ ਕਿਹਾ ਜੀ ਵੀ ਅਸੀਂ ਕਰਦੇ ਆਂ ਸਚਾਈ ਹੈ ਕਿ ਚਲੋ ਉਸ ਵੇਲੇ ਵੱਡੇ ਪਾਤਸ਼ਾਹ ਨੂੰ ਵੀ ਮਿਲੇ ਉਹਨਾਂ ਕਹੇ ਬੀਬਾ ਜੀ ਤੁਸੀਂ ਜਿਹੜਾ ਦਿੱਤਾ ਇੰਗਲੈਂਡ ਵਾਲਿਆਂ ਨੂੰ ਜੇ ਉਸੇ ਕੰਡੀਸ਼ਨਸ ਤੇ ਦੇਖੋ ਉਸ ਬੰਦੇ ਨੇ ਨਹੀਂ ਮੈਨੂੰ ਕੁਝ ਵੀ ਕਿਹਾ ਉਹਨਾਂ ਕਹੇ ਜੀ ਇਹ ਸਰਦਾਰ ਜਗਜੀਤ ਸਿੰਘ ਹੈ ਇਹ ਸਾਡਾ ਨਾਲੇ ਸਿੱਖ ਭਰਾ ਹੈ ਨਾਲੇ ਇੱਥੇ ਦਾ ਰਹਿਣ ਵਾਲਾ ਹੈ ਇੰਡੀਆ ਦਾ ਨਾਲੇ ਜੇ ਉਸੇ ਹੀ ਕੰਡੀਸ਼ਨਸ ਦੇ ਉੱਤੇ ਇਹ ਚਲਾ ਸਕਦੇ ਹੋਣ ਤੇ ਇਹਨਾਂ ਨੂੰ ਦੇ ਦਿਓ ਮੈਂ ਕਹਿੰਦੀ ਬਹੁਤ ਚੰਗੀ ਗੱਲ ਹੈ ਪਰ ਕੰਡੀਸ਼ਨ ਆ ਉਹ ਮੰਨਣੀ ਆ ਪੈਣੀ ਉਹ ਆਗੇ ਜੀ ਕੰਡੀਸ਼ਨਾਂ ਸਾਰੀਆਂ ਲਿਖੀਆਂ ਗਈਆਂ ਸਭ ਕੁਝ ਹੋ ਗਿਆ ਉਹਨਾਂ ਨਾਲ ਕੰਟੈਕਟ ਹੋ ਗਈ ਠੀਕ ਹੈ ਮੈਂ 2004 ਦੇ ਵਿੱਚ ਨਾ ਸੌਰੀ 2004 ਚ ਦੁਬਾਰਾ ਆਈਆਂ ਤੇ 2005 ਵਿੱਚ ਹੀ ਮੈਂ ਚਲੀ ਜਾਣੀ ਐ ਇਹ ਜਿਹੜਾ ਪੀਟੀਸੀ ਹੈ ਇਹ ਹੋਣ ਦੇ ਵਿੱਚ ਆਂਦਾ ਮੇਰੇ ਕੋਲ 6 ਚ 7 ਚ ਉਦੋਂ ਮੈਂ ਨਹੀਂ ਸੀ ਹੂੰ ਹੂੰ ਹੁਣ ਤੁਸੀਂ ਆਵ ਲਾਉਣਾ ਲੋਕੇ ਬੀਬੀ ਨੇ ਦਿੱਤਾ ਪੀਟੀਸੀ ਮੈਂ ਨਹੀਂ ਦਿੱਤਾ ਪੀਟੀਸੀ ਮੈਂ 80 ਸੀ ਚੈਨਲ ਨੂੰ ਦਿੱਤਾ ਸੀ ਉਹਦਾ ਰਵਿੰਦਰਨ ਸੀ ਉਹੀ ਰਵਿੰਦਰਨ ਨੇ ਫੇ ਪੀटीसी ਚਲਾਇਆ ਠੀਕ ਹੈ ਜੀ ਪਰ ਉਹਦਾ ਸਿਸਟਮ ਹੋਰ ਸੀਗਾ ਈਟੀਸੀ ਦਾ ਚੱਲਣ ਦਾ ਕਿਉਂਕਿ ਉਸ ਬੰਦੇ ਨੂੰ ਅਸੀਂ ਕਾਬੂ ਕਰ ਸਕਦੇ ਸੀ ਜੋ ਗਲਤੀ ਕਰਦਾ ਸੀਗਾ ਦੂਰ ਸੀ ਨਾ ਇਹ ਸਿੱਧਾ ਡਾਇਰੈਕਟ ਹੋ ਗਿਆ ਬਾਦਲ ਸਾਹਿਬ ਨਾਲ ਸੰਬੰਧ ਉਹ ਤੋਂ ਬਾਅਦ ਨੇ ਸਿੱਧਾ 11 ਸਾਲ ਦਾ ਕੰਮ ਕਰ ਦਿੱਤਾ 11 ਸਾਲ ਦਾ ਮੇਰੇ ਖਰ ਇਕੱਠਾ ਹੀ ਕੰਟੈਕਟ ਕਰ ਹੁਣ ਤੁਸੀਂ ਇਹ ਦੱਸੋ ਇਹਦੇ 'ਚ ਮੇਰਾ ਤਾਂ ਕੋਈ ਦੋਸ਼ ਹੀ ਨਹੀਂ ਇਹ ਠੀਕ ਹੈ ਕਿ ਜਦੋਂ ਕੋਈ ਪੈਸਾ ਅਰਧਾ ਸੀਗਾ ਮੈਂ ਸਗਾ ਨੋਟਿਸ ਕੱਢ ਕੇ ਪੂਰੇ ਕਰਾਂਦੀ ਸੀ ਕਿ ਪੈਸਾ ਜਮ੍ਹਾਂ ਕਰਾਓ ਇਹਦੇ ਚ ਵੀ ਹੈ ਕਿ ਜਦੋਂ ਰਵਿੰਦਰਨ ਨੇ ਇੱਕ ਵਾਰੀ ਅਸੀਂ ਜਦੋਂ ਮੈਂ ਨੈਟ ਆ ਚਲਾਇਆ ਆਪਣਾ WhatsApp ਕੀ ਕਹਿੰਦਾ ਹੈ ਲਾਈਵ ਆਪਾਂ ਚਲਾਇਆ ਚੈਨਲ YouTube YouTube ਚੈਨਲ ਮੈਂ YouTube ਚੈਨਲ ਮੈਂ ਇਹ ਵੈਬਸਾਈਟ ਬਣਾਈ ਇਸ ਵਾਰੀ ਜਦੋਂ ਹੁਣ ਬਣਾਈ ਉਹ ਮੈਂ ਬਣਾ ਕੇ ਤੇ ਇਹ ਮੈਂ ਹੀ ਬਣਾਇਆ YouTube ਚੈਨਲ ਵੀ ਮੈਂ ਹੀ ਬਣਾਇਆ ਉਹ YouTube ਚੈਨਲ ਦੇ ਉੱਤੇ ਅਸੀਂ ਜਿਹੜੇ ਪ੍ਰੋਗਰਾਮ ਆਂਦਾ ਸੀ ਤੇ ਮੈਂ ਕਹਿੰਦੀ ਸੀ ਲਾਈਵ ਚਲਾਓ। ਇਹ ਕਹਿੰਦੇ ਸੀ ਵੀ ਜਦੋਂ ਤੁਸੀਂ ਚਲਾਉਣਾ ਲਾਈਵ ਤੇ ਸਾਡਾ ਪਰਮਿਸ਼ਨ ਲਾਓ। ਮੈਂ ਗੁੱਸਾ ਕਰ ਗਈ। ਮੈਂ ਕਹਾ ਤੇਰੀਆਂ ਮੈਂ ਚੱਕ ਚੁੱਕੇ ਚੀਜ਼ਾਂ ਚੁਜੇ ਬਾਹਰ ਮਾਰਨੀ ਹੈ ਮੈਂ। ਤੈਨੂੰ ਭੁਲੇਖਾ ਨਾ ਹੋਵੇ। ਮਾਲਕ ਅਸੀਂ ਹੋਈਏ ਤੇ ਤੇਰੇ ਕੋਲ ਪਰਮਿਸ਼ਨ ਲਈਏ। ਠੀਕ ਹੈ ਤੂੰ ਚਲਾ ਆਪਣਾ। ਇਸ ਤੋਂ ਬਾਅਦ ਵੀ ਜਿਹੜੇ ਪ੍ਰੋਗਰਾਮ ਆਏ ਐ ਮੈਂ ਉਹਦੇ ਤੋਂ ਸਾਰੇ ਲੋਕਾਂ ਨੂੰ ਲਾਈਵ ਦਵਾਏ। ਲਿੰਕ ਦੇ ਕੇ ਮੈਨੂੰ ਠੀਕ ਹੈ ਤੇਰਾ ਚੱਲਦਾ ਤੂੰ ਕਹਿੰਦਾ ਲਿੰਕ ਦੇ ਦਿਓ ਸਾਰੇ ਨੂੰ ਕਮ ਸੇ ਕਮ ਬਾਕੀ ਚੈਨਲ ਤੇ ਜਾਇ ਤੇ ਸਹੀ ਸੋ ਇਦਾਂ ਦੀਆਂ ਕਈ ਗੱਲਾਂ ਸੀ ਜਿਹਦੇ ਮੈਂ ਤੇ ਕਦੀ ਕੰਪਰੋਮਾਈਜ਼ ਨਹੀਂ ਕੀਤਾ ਨਾ ਕੋਈ ਗੱਲ ਕਰਦੇ ਸੀ ਗਲਤ ਮੈਂ ਉੱਥੇ ਰੋਕ ਦਿੰਦੀ ਸੀ ਮੈਂ ਉਦੋਂ ਹੀ ਫਿਰ ਐਲਾਨ ਕੀਤਾ ਸੀ ਅਸੀਂ ਫਿਰ ਮਤੇ ਪਾਇਆ ਸੀਗਾ ਕਿ ਐਸਡੀਪੀਸੀ ਆਪਣਾ ਚੈਨਲ ਪੜਾਏਗੀ ਤੇ ਉਹ ਹਾਂ ਜੀ ਹੁਣ ਤੱਕ ਨਹੀਂ ਇਹ ਤੇ ਲਾਈ ਦਿੰਦੇ ਜੀ ਹੁਣ ਤੱਕ ਇਸ ਤਰ੍ਹਾਂ ਨਾ ਫਿਰ ਮੈਂ ਤੇ ਕਰੋਨਾ ਚ ਹੀ ਰਹੀ ਸਾਲ ਕਿਸਾਨ ਮੋਰਚਾ ਲੱਗਾ ਰਿਹਾ ਬਹੁਤ ਅਕਸਰ ਇਹਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਪੈਸਾ ਲਾਉਣਾ ਪੈਂਦਾ ਸਭ ਕੁਝ ਕਰਨਾ ਪੈਂਦਾ ਉਸ ਤੋਂ ਬਾਅਦ ਫਿਰ ਜਦੋਂ ਧਾਮੀ ਸਾਹਿਬ ਬਣੇ ਉਦੋਂ ਵੀ ਮਤਾ ਪਾਇਆ ਪੀਸੀ ਪੀਸੀ ਆਪਣਾ ਬਣਾਉ ਉਸ ਤੋਂ ਬਾਅਦ ਪੰਜਾਬੀ ਚੈਨਲ ਦੇ ਵਿੱਚ ਥੋੜੀ ਜਿਹੀ ਗੜਬੜ ਹੋਈ ਹੈ ਕਿਸੇ ਲੜਕੀਆਂ ਦੀ ਰੌਲਾ ਪਿਆ ਅਸ਼ਲੀਲਤਾ ਦਾ ਉਸ ਵੇਲੇ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਤਾਂ ਦਿਨਾਂ ਦੇ ਵਿੱਚ ਵਿੱਚ ਇਹ ਚੈਨਲ ਬੰਦ ਕਰਕੇ ਆਪਣਾ ਚੈਨਲ ਸ਼ੁਰੂ ਕੀਤਾ ਜਾਵੇ ਆਰਡਰ ਸੀ ਨਾ ਜੀ ਬਿਲਕੁਲ ਇਨਾ ਕੀ ਕੀਤਾ ਕਿ ਸਿੰਘ ਸਾਹਿਬ ਨੂੰ ਬਦਲ ਦਿੱਤਾ ਇਹਨੂੰ ਲਿਆਂਦਾ ਗਿਆਨੀ ਰਕਬੀਰ ਸਿੰਘ ਨੂੰ ਜਦੋਂ ਉਹ ਚੋਣ ਆ ਗਈ ਚੋਣ ਦੇ ਵਿੱਚ ਅਸੀਂ ਸਾਰੇ ਬੋਲੇ ਵੀ ਜੋ ਸਿੰਘ ਸਾਹਿਬ ਨੇ ਐਲਾਨ ਕੀਤਾ ਸੀ ਤੇ ਉਹ ਬੜਿਆ ਕਿਉਂ ਨਹੀਂ YouTube ਚੈਨਲ ਸਾਡੇ ਕੋਲ ਤਿਆਰ ਪਿਆ ਹੋਇਆ ਉਹ ਤੋਂ ਲਾਈਵ ਕਰ ਦੋ ਉਹਨੂੰ ਚਲਾ ਦਿਓ ਨਹੀਂ ਇਹ ਜੇ ਉਹਦੇ ਟਾਈਮ ਲੱਗੇਗਾ ਦੂਜਾ ਚੈਨਲ ਬਣਾਉਣ ਅੱਛਾ ਇਹਨਾਂ ਨੇ ਕੀ ਕੀਤਾ ਕਿ ਉਹਦੇ ਚ ਲੈ ਆਏ ਕਿ ਅਸੀਂ ਜੀ ਇਹਨੂੰ ਬੰਦ ਕਰ ਰਹੇ ਹਾਂ ਮੈਂ ਉਸ ਵੇਲੇ ਜਦੋਂ ਕਰਦੀ ਪਹਿਲਾਂ ਮੈਂ ਬੋਲੀ ਹੀ ਇਸ ਗੱਲ ਦੇ ਉੱਤੇ ਵੀ ਸਿੰਘ ਸਾਹਿਬ ਨੇ ਇਹ ਮਤਾ ਸਾਨੂੰ ਹੁਕਮ ਕੀਤਾ ਸੀ ਤੇ ਅਗੋ ਧਾਮੀ ਸਾਹਿਬ ਨੇ ਕਿਹਾ ਕਿ ਸੱਤਾ ਦੇਣਾ ਚਾਹੀ ਸੀ ਇੰਪਲੀਮੈਂਟ ਕਰਾਂਗੇ ਤੇ ਧਾਮੀ ਸਾਹਿਬ ਅੱਜ ਤੁਸੀਂ ਦੱਸੋ ਕਿ ਸ਼੍ਰੀ ਅਕਾਲ ਤਰ ਸਾਹਿਬ ਦੇ ਹੁਕਮ ਨੂੰ ਕਿਉਂ ਨਹੀਂ ਮੰਨਿਆ ਮੈਂ ਬੋਲੀ ਫਿਰ ਉਹ ਇਹਨਾਂ ਨੇ ਜੀ ਬੀਬੀ ਜੀ ਬੰਦ ਕਰ ਦਿਓ ਬੀਬੀ ਜੀ ਬੰਦ ਕਰ ਦਿਓ ਚਲੋ ਇਹਨਾਂ ਨੇ ਮੇਰਾ ਮਾਈਕ ਬੰਦ ਕਰਨਾ ਸ਼ੁਰੂ ਕਰਤਾ ਫਿਰ ਮੈਂ ਕਹਿੰ ਮੈਂ ਇੱਕ ਗੱਲ ਕਹਿਣੀ ਸੀ ਤੁਹਾਡੇ ਹੱਕ 'ਚ ਵੀ ਜੇ ਤੁਸੀਂ ਅੱਜ ਤੋਂ ਸ਼ੁਰੂ ਕਰ ਦੋ ਬਣਾਉਣ ਵਾਸਤੇ YouTube ਚੈਨਲ ਚਲਾ ਦਿਓ ਅੱਜ ਤੋਂ ਬਣਾਉਣਾ ਸ਼ੁਰੂ ਕਰ ਦੋ ਬਣਨਾ ਹੈ ਨਹੀਂ 2 ਤਿੰਨ ਦਿਨ ਲੱਗ ਜਾਣੇ ਹੈ ਤੇ ਤੁਸੀਂ ਇਦਾਂ ਕਰੋ ਪ੍ਰਧਾਨ ਜੀ 19 ਦਿਨ ਵਾਸਤੇ ਅੱਜ ਮਤਾ ਪਾਸ ਕਰ ਦੋ ਕਿ 19 ਦਿਨ ਵਾਸਤੇ ਇਹ ਸਾਡਾ ਚੈਨਲ ਜਿਵੇਂ ਚੱਲਦਾ ਰਹੇਗਾ ਪੀਟੀਸੀ ਚੈਨਲ ਤੇ ਅੱਜ ਹੀ ਪਰਮਾਨਗੀ ਲੈ ਲਓ ਉੱਥੇ ਨਹੀਂ ਪਰਮਾਨਗੀ ਲਈ ਮੇਰਾ ਫੋਨ ਉਹ ਬੰਦ ਕਰ ਦਿੱਤਾ ਰਨ ਸਪੀਕਰ ਮਾਈਕ ਬੰਦ ਕਰ ਦਿੱਤਾ ਵੀ ਬੀਬੀ ਪਤਾ ਨਹੀਂ ਕੀ ਕਹਿਦਣ ਲੱਗੀ ਹੈ ਮੈਂ ਇਹ ਗੱਲ ਕਹਿਣ ਲੱਗੀ ਸੀ ਉਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਰਗਵੀਰ ਸਿੰਘ ਨੂੰ ਲਾ ਦਿੱਤਾ ਤੇ ਗਿਆਨੀ ਰਗਵੀਰ ਸਿੰਘ ਤੋਂ ਇਹ ਕੰਨ ਦੀ ਬਚਾਏ ਗਿਆਨੀ ਰਗਵੀਰ ਸਿੰਘ ਤੋਂ ਹੁਕਮ ਕਰਾਇਆ ਕਿ ਜਿੰਨੀ ਚਿਰ ਤੱਕ ਉਹ ਨਹੀਂ ਬੰਦਾ ਇਹ ਹੁਣ ਚਿਰ ਚੱਲਦਾ ਰਹੇ ਕੀ ਲੋਡ ਸੀਗੀ ਜੀ ਹਰ ਚੀਜ਼ ਨੂੰ ਅਕਾਲ ਤੱਕ ਤੋਂ ਹੁਕਮਨਾਣਾ ਕਰਾਓ ਜਿਹੜੀ ਚੀਜ਼ ਐਗਜ਼ੈਕਟਿਵ ਕਰ ਸਕਦੀ ਹੈ ਜਿਹੜੀ ਚੀਜ਼ ਜਨਰਲ ਹਾਊਸ ਕਰ ਸਕਦਾ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੀ ਮਤਲਬ ਉਥੇ ਲਿਜਾਂਦਾ ਕਿ ਮਤਲਬ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਰ ਗੱਲ ਚ ਇਨਵੋਲਵ ਕਰੋਗੇ ਪਰ ਕਿਛਰੀ ਅਕਾਲਤਾ ਸਾਹਿਬ ਦਾ ਕਹੇਗਾ ਵੀ ਉਹਦੇ ਕੋਈ ਮੈਨੇਜਰ ਲਾਉਣਾ ਉਹਦੇ ਕੋਲ ਇਜਾਜ਼ਤ ਲਾਓ ਕੋਈ ਆ ਚੀਜ਼ ਕਰਨੀ ਹੋਣਾ ਕੋਈ ਇਜਾਜ਼ਤ ਲਾਓ ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਕੀ ਕਰਦੇ ਹੋਏ ਉੱਥੇ ਮਤਲਬ ਕਹਿਣ ਤੋਂ ਪਾਵ ਹੈ ਕਿ ਇਹ ਚੀਜ਼ਾਂ ਦਾ ਨੁਕਸਾਨ ਹੋਇਆ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਉੱਥੋਂ ਉਹਨਾਂ ਨੇ ਕੋਈ ਸਿੰਘ ਸਾਹ ਵਰਗੀ ਸਿੰਘ ਉਹਨਾਂ ਨੇ ਲਵਾਇਆ ਗਿਆਨੀ ਹਰਪ੍ਰੀਤ ਸਿੰਘ ਤੋਂ ਉਹਨਾਂ ਦਾ ਵਿਸ਼ਵਾਸ ਟੁੱਟ ਗਿਆ ਮੇਰੇ ਤੋਂ ਵੀ ਵਿਸ਼ਵਾਸ ਚੁੱਕਿਆ ਗਿਆ ਕਿਉਂਕਿ ਮੈਂ ਕਹਿ ਬੈਠੀ ਆ ਬੁਗਲ ਗਈ ਅੱਗੋਂ ਮੈਂ ਕਿਹਾ ਬਾਲ ਸਾਹਿਬ ਤੁਸੀਂ ਜੇ ਮੈਨੂੰ ਮੌਕਾ ਦਿਓਗੇ ਤੇ ਚਲੋ ਪੀਟੀਸੀ ਚੈਨਲ ਵੀ ਆਪਾਂ ਆਪਣਾ ਚੈਨਲ ਵੀ ਬਣਾ ਲਾਂਗੇ ਜੇ ਨਹੀਂ ਤੇ ਤੁਸੀਂ ਇਦਾਂ ਕਰੋ ਪੀਟੀਸੀ ਚੈਨਲ ਡੋਨੇਟ ਕਰ ਦਿਓ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਡੋਨੇਟ ਕਰ ਦਿਓ ਇਹ ਚੱਕਿਓ ਨਾ ਤੁਹਾਡੀ ਗੁੱਡਵਿਲ ਚੱਲ ਜਾਏਗੀ ਤੁਸੀਂ ਕਹੋ ਜੀ ਮੈਂ ਸਾਰਾ ਕੁਝ ਇਦਾਂ ਹੀ ਡੋਨੇਟ ਕਰਦਾ ਕਿਉਂਕਿ ਮੈਂ ਗੁਰੂ ਰਾਮਦਾਸ ਦੇ ਘਰ ਚੱਲੇ ਆ ਗੁਰੂ ਰਾਮਦਾਸ ਦੇ ਘਰ ਜੀ ਰਣ ਤੇ ਤੁਹਾਡੀ ਗੁੱਡਵਿਲ ਬਣ ਜੇ ਬਸ ਉਹਨਾਂ ਨੂੰ ਨਹੀਂ ਸਮਝਣ ਲੱਗਦਾ ਤਾਂ ਫਿਰ ਇਹ ਸੀ ਨਾ ਵੀ ਬਾਕੀ ਚੈਨਲਾਂ ਤੇ ਇਹ ਦਾੰਤ ਚੱਲੇ ਜਾਂਦਾ ਬਾਕੀ ਚੈਨਲਾਂ ਨੂੰ ਫਿਰ ਚਲਾਉਣ ਲਈ ਖਰਚੇ ਹੋਣੇ ਸੀ ਤੇ ਮਾਰਕੀਟਿੰਗ ਦੇ ਰੇਟ ਡਾਊਨ ਹੋ ਜਾਉਣੇ ਸੀ ਰੇਟ ਤਾਂ ਸਾਰੇ ਇਹਦੇ ਕਰਕੇ ਚੱਲ ਰਹੇ ਹਨ ਉਹ ਇਹਦੇ ਕਰਕੇ ਚੱਲ ਰਹੇ ਨੇ ਗੁਰਬਾਣੀ ਕਰਕੇ ਹੀ ٹی ਆਰ ਪੀ ਆ ਤੇ ਉਸੇ ਕਰਕੇ ਉਹ ਕੈਰੀ ਹੋ ਰਹੇ ਨੇ ਚੈਨਲ ਜੇ ਜੀ ਐਸਓ ਕੋ ਚਾਹੁੰਦੇ ਤੇ ਹੋ ਸਕਦਾ ਸੀ ਚਲਾਉਂਦੇ ਤੇ ਅਸੀਂ ਲਿੰਕ ਬਣਾ ਕੇ ਸਾਰੇ ਚੈਨਲਾਂ ਨੂੰ ਦੇ ਵੀ ਦਿੰਦੇ ਹਾਂਜੀ ਦੇ ਵੀ ਦਿੰਦੇ ਜਿਹਦਾ ਚੈਨਲ ਜਿਹੜਾ ਚਲਾਉਣਾ ਚਾਹੁੰਦਾ ਹੋਵੇ ਪਰ ਕੰਡੀਸ਼ਨ ਨਾਲ ਉਸ ਵੇਲੇ ਇਹ ਵੀ ਸਿੱਖਿਆ ਕਿ ਜੇ ਕੋਈ ਚੈਨਲ ਚਲਾਉਣਾ ਚਾਹੁੰਦੇ ਹੋਣ ਤੇ ਉੱਪਰ ਆਪਣੀ ਸਾਡਾ ਹੋਏਗਾ ਸੈਟਅਪ ਉਥੋਂ ਲਿੰਕ ਦਿੱਤਾ ਜਾਏਗਾ ਪਰ ਕੰਡੀਸ਼ਨਾਂ ਰੱਖੀਆਂ ਜਾਣਗੀਆਂ ਕਿ ਉਸ ਕੰਡੀਸ਼ਨ ਦੇ ਉੱਤੇ ਵੀ ਕਿਹੜੀਆਂ ਜੀ 15 ਮਿੰਟ ਅੱਗੇ 15 ਮਿੰਟ ਪਿੱਛੇ ਕੋਈ ਅਸ਼ਲੀਲਤਾ ਕੋਈ ਉਦਾਂ ਦਾ ਨਾ ਪ੍ਰੋਗਰਾਮ ਆਵੇ ਕੀਰਤਨ ਦੇ ਵਿੱਚ ਕੋਈ ਐਡ ਨਹੀਂ ਆਉਣੀ ਚਾਹੀਦੀ ਕੋਈ ਇਸ ਤਰ੍ਹਾਂ ਦੀਆਂ ਸ਼ਰਤਾਂ ਹੁੰਦੀਆਂ ਤੇ ਉਹ ਅਸੀਂ ਦੇ ਦਿੰਦੇ ਤੇ ਫਿਰ ਇਹ ਵੀ ਚਲਾ ਦਿੰਦੇ ਇਹ ਵੀ ਲਿੰਕ ਲੈ ਲੈਂਦੇ ਲੈ ਲੈਂਦੇ